ਤੇ ਉਧਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਟ੍ਰਾਂਸ ਅਟਲਾਂਟਿਕ ਸੁਰੱਖਿਆ ਮੁੱਦਿਆਂ ਤੇ ਹੋਰ ਚੁਣੌਤੀਆਂ ਤੇ ਚਰਚਾ ਲਈ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਨਾਟੋ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਸ ਸੰਮੇਲਨ 11 ਤੋਂ 12 ਜੁਲਾਈ ਨੂੰ ਬੈਲਜੀਅਮ ਵਿੱਚ ਹੋਵੇਗਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਦੇ ਕਿਊਬੈਕ ਵਿੱਚ ਹੋਏ 7 ਦੇਸ਼ਾਂ ਦੇ ਸਮੂਹ G7 ਸੰਮੇਲਨ ਦੇ ਆਖਰੀ ਦਿਨ ਜਾਰੀ ਸਾਂਝੇ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਦੇ ਨਾਲ ਹੀ ਟਰੰਪ ਨੇ ਟਰੂਡੋ ਨੂੰ ਬੇਈਮਾਨ ਦਾ ਦੋਸ਼ ਵੀ ਲਗਾਇਆ ਸੀ ਤੇ ਟਰੂਡੋ ਨੇ ਕਿਹਾ ਕਿ ਨਾਟੋ ਕੈਨੇਡਾ ਦੇ ਕੌਮਾਂਤਰੀ ਸੁਰੱਖਿਆ ਨੀਤੀ ਦੀ ਨੀਂਹ ਅਤੇ ਸਾਡਾ ਪ੍ਰਮੁੱਖ ਸਾਂਝੇਦਾਰ ਹੈ। ਮੈਂ ਬੈਲਜੀਅਮ ਵਿੱਚ ਨਾਟੋ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣ ਨੂੰ ਲੈ ਕੇ ਆਸਵਾਂਦਾ ਤਾਂ ਕਿ ਅਸੀਂ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰ ਸਕੀਏ ਅਤੇ ਦੁਨੀਆ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਚਰਚਾ ਕਰ ਸਕੀਏ। ਇਸ ਸੰਮੇਲਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਾਲੇ ਤਣਾਅ ਵਧਣ ਦਰਮਿਆਨ ਹੋ ਰਿਹਾ ਹੈ।